ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਨਾਂ ਤੁਹਾਡਾ? ਉਹ ਬਾਬਾ ਜਾਣਦੇ ਹੁਣ ਹੋਰ ਨਵੇਂ ਜੋੜਾ ਸੀ ਟਾਬਾ ਦੇ ਕੋਈ। ਅੱਛਾ ਬਾਬਾ ਜੀ, ਤੁਹਾਡੇ ਕੋਲ ਗੱਲ ਪੁੱਛਣੀ ਆ। ਤੇ ਨਿਆਣੇ ਨਾ ਕਈ ਨਕਲ ਮਾਰਦੇ ਪੇਪਰਾਂ ਦੇ ਵਿੱਚ, ਤੁਹਾਡੇ ਹਿਸਾਬ ਨਾਲ ਨਕਲ ਮਾਰਨਾ ਸਹੀ ਆ ਕਿ ਗਲਤ ਆ? ਗਲਤ ਹੈ ਨਕਲ ਮਾਰਨਾ, ਬਾਬਾ ਜੀ ਕਹਿੰਦੇ ਗਲਤ ਹੈ। ਬਾਬਾ ਜੀ ਤੁਸੀਂ ਵੀ ਪੜ੍ਹੇ ਹੋ ਸਕੂਲ 'ਚ? ਮਾੜਾ ਮੋਟਾ। ਕਿੰਨਾ ਕੁ? 5-4 ਹੈ। ਬਾਬਾ ਜੀ ਬੜੇ ਪਿਆਰੇ ਆ, ਕਹਿੰਦੇ ਮਾੜਾ ਮੋਟਾ ਪੜ੍ਹਿਆ 5-4। ਅੱਛਾ ਉਦੋਂ ਵੀ ਨਕਲ ਵੱਜਦੀ ਸੀ ਸਕੂਲਾਂ ਦੇ ਵਿੱਚ ਤੁਹਾਡੇ ਟਾਈਮ ਤੇ? ਕਰਦੇ ਜੇ ਕੰਮ ਮਾੜਾ ਮੋਟਾ। ਤੁਸੀਂ ਮਾਰੇ ਗਏ ਨਕਲ? ਹਾਂ ਕਰਦੇ। ਕਿੱਦਾਂ ਨਕਲ ਮਾਰੀ ਸੀ? ਦੇਖਿਆ ਦੂਆ ਪਰਚਾ। ਬਾਬਾ ਜੀ ਕਹਿੰਦੇ ਦੂਏ ਤੋਂ ਦੇਖਿਆ ਸੀਗਾ। ਤੇ ਤੁਹਾਡੇ ਹਿਸਾਬ ਨਾਲ ਅੱਜ ਕੱਲ੍ਹ ਜਿਹੜੀ ਨਕਲ ਜ਼ਿਆਦਾ ਵੱਜਣ ਡੀ ਹੈ, ਸਹੀ ਆ ਕਿ ਗਲਤ ਆ? ਅੱਜ ਕੱਲ੍ਹ ਜਿਹੜੀ ਨਕਲ ਵੱਜਣ ਡੀ ਹੈ ਹੁਣ ਜ਼ਿਆਦਾ, ਸਹੀ ਆ ਕਿ ਗਲਤ ਆ? ਅੱਜ ਕੱਲ੍ਹ ਤਾਂ ਸਹੀ ਹੋਵੇ, ਸਿਰੇ ਗਿਆ ਮੈਂ ਕੰਮ ਆਪਣਾ ਕੱਲ੍ਹ ਲੁੱਟ ਆ ਜਾਂਦਾ। ਕੌਣ ਪੁੱਛਦਾ ਪੜ੍ਹਾਈ ਨੂੰ? ਥੈਂਕ ਯੂ ਬਾਬਾ ਜੀ। ਬਾਬਾ ਜੀ ਕਹਿ ਰਹੇ ਵੀ ਜਿਹੜਾ ਕੰਮ ਲੋਟ ਆਉਂਦਾ ਉਹ ਮਾਰ ਵੀ ਲਵੇ ਨਕਲ ਤਾਂ ਫਿਰ ਠੀਕ ਆ, ਹਨਾ? ਸਿਰੇ ਆ ਜਾਂਦਾ ਲੋਟ ਆ ਜਾਂਦਾ ਕੰਮ। ਥੈਂਕ ਯੂ ਬਾਬਾ ਜੀ, ਥੈਂਕ ਯੂ ਸਾਡੇ ਨਾਲ ਗੱਲ ਕਰਨ ਵਾਸਤੇ। ਇੱਧਰ ਬਾਪੂ ਜੀ ਬੈਠੇ ਆ, ਉਹਨਾਂ ਕੋਲ ਚੱਲਦੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ। ਅੱਛਾ ਬਾਪੂ ਜੀ, ਤੁਹਾਡੇ ਕੋਲ ਗੱਲ ਪੁੱਛਣੀ ਹੈ। ਅੱਜ ਕੱਲ੍ਹ ਨਾ ਪੇਪਰ ਚੱਲਣ ਡੇ ਸਕੂਲਾਂ ਦੇ ਵਿੱਚ, 10ਵੀਂ ਦੇ, 12ਵੀਂ ਦੇ, ਇਹਦੇ 'ਚ ਕਈ ਨਿਆਣੇ ਤਾਂ ਚਲੋ ਪੜ੍ਹ ਲਿਖ ਕੇ ਪਾਸ ਹੁੰਦੇ, ਕਈ ਨਕਲ ਮਾਰਦੇ ਬਹੁਤ। ਤੁਹਾਡੇ ਹਿਸਾਬ ਨਾਲ ਨਕਲ ਮਾਰਨਾ ਸਹੀ ਕਿ ਗਲਤ ਆ? ਹਾਂਜੀ ਦੱਸੋ। ਸਾਨੂੰ ਕਿਆ ਪਤਾ ਯਾਰ? ਨਹੀਂ ਉਹ ਕਹਿੰਦੇ ਸਾਨੂੰ ਨਹੀਂ ਪਤਾ ਯਾਰ, ਕਿਉਂਕਿ ਬਾਪੂ ਜੀ ਨੂੰ ਹੋਰ ਬੜੇ ਕੰਮ ਹੁੰਦੇ ਆ, ਉਹ ਕਹਿੰਦੇ ਫਜ਼ੂਲ ਗੱਲਾਂ 'ਤੇ ਧਿਆਨ ਨਹੀਂ ਦਿਆ। ਠੀਕ ਹੈ ਬਾਪੂ ਜੀ, ਥੈਂਕ ਯੂ।